ਖੇਤਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਪਿਛਲੇ ਦਿਨ ਬੋਲੇ, ਕਹਿੰਦੇ ਪਟਿਆਲੇ ਦੇ ਆਮ ਘਰਾਂ ਦੇ MLA ਨੇ ਜਿਹੜੇ 42-42 ਕਰੋੜ ਰੁਪਏ ਦੇ ਮਹਿਲ ਖਰੀਦ ਕੇ ਮਹਾਰਾਜਿਆਂ ਦੇ ਪਟਿਆਲੇ ਦੇ MLA ਦਾ ਨਾਂ ਲਿਆ, ਤੁਹਾਡੇ ਵੱਲ ਤਾਂ ਨਹੀਂ ਇਸ਼ਾਰਾ ਕਰ? ਉਹ ਨਹੀਂ ਬਾਬਾ, ਨਹੀਂ। ਜਦੋਂ ਆਪੋਜੀਸ਼ਨ 'ਚ ਆਮ ਆਦਮੀ ਪਾਰਟੀ ਸੀ, ਬੜਾ ਰੌਲਾ ਪਾਉਂਦੀ ਸੀ 50-50 ਦਿਨਾਂ ਦਾ ਸੈਸ਼ਨ ਰੱਖੋ ਜੀ, ਗਵਰਨਮੈਂਟ ਜਿਹੜੀ ਹੈ ਉਹ ਇਹਨਾਂ ਦੇ ਅਕੋਰਡਿੰਗਲੀ ਚੱਲੇ, ਉਹ ਨਹੀਂ ਨਾ ਹੁੰਦਾ ਹੁੰਦਾ ਜੀ, ਇਹਨਾਂ ਨੇ ਆ ਕੇ ਕਾਂਵਾਂ ਰੌਲੀ ਪਾਉਣੀ ਹੈ ਜੀ, ਕਰਦੇ ਕੀ ਨੇ? ਅਤੇ ਲਾਅ ਐਂਡ ਆਰਡਰ 'ਤੇ ਅਸੀਂ ਬੋਲਣਾ ਚਾਹੁੰਦੇ ਹਾਂ, ਖੁੱਲ੍ਹਾ ਟਾਈਮ ਚਾਹੀਦਾ। ਹੋਰ ਮਚਾਏ ਸ਼ੋਰ ਜੀ, ਚੋਰ ਮਚਾਏ ਸ਼ੋਰ, ਹੋਣੇ ਚੋਰ ਇਹੀ ਨੇ ਜੀ, ਇਹਨਾਂ ਦੇ ਡਰੱਗਸ ਕਦੋਂ ਆਏ ਜੀ? ਆਮ ਆਦਮੀ ਪਾਰਟੀ ਦੇ ਹੱਥ ਹੈ ਅੱਜ ਇਹ ਸਾਂਭਣ। ਸਰ ਅਸੀਂ ਕਰ ਰਹੇ ਹਾਂ, ਸਾਨੂੰ ਟਾਈਮ ਤਾਂ ਦੇਣ। 70 ਸਾਲ ਦੀ ਬੇਈਮਾਨੀ ਇਹ ਚਾਹੁੰਦੇ ਨੇ, ਓਵਰ ਨਾਈਟ ਅਸੀਂ ਨਾ ਜਾਦੂ ਦੀ ਛੜੀ ਦੇ ਨਾਲ ਇੱਕਦਮ ਹੀ ਸੈੱਟ ਕਰ ਦਈਏ। ਅਸੀਂ ਵੀ ਜਿਹੜਾ ਹੈ ਬਹੁਤ ਉਮੰਗ ਉਤਸ਼ਾਹ ਅਤੇ ਚਾਹ ਨਾਲ ਆਏ, ਇੱਦਾਂ ਥੋੜ੍ਹੀ ਜੀ ਵੀ ਤੁਸੀਂ ਤਾਂ ਆਉਂਦੇ ਸਾਰ ਸਾਡੇ 'ਤੇ ਹੈ ਚੜ੍ਹ ਦਿਓ, ਜਿਵੇਂ ਸਾਰਾ ਜਿਹੜਾ ਹੈ ਨੁਕਸਾਨ ਹੀ ਸਾਡੇ ਹੱਥੋਂ ਆਇਆ। ਪਹਿਲਾਂ ਤਾਂ ਸਰਕਾਰੀ ਸਕੂਲਾਂ ਦੇ ਵਿੱਚ ਗਾਵਾਂ ਮੱਝਾਂ ਫਿਰਦੀਆਂ ਸੀ, ਕਲਾਸਰੂਮਾਂ ਦੇ ਵਿੱਚ, ਹੋਸਪਿਟਲਾਂ ਦੇ ਆਪਰੇਸ਼ਨ ਥੀਏਟਰ ਦੇ ਵਿੱਚ ਅਵਾਰਾ ਕੁੱਤੇ ਫਿਰਦੇ ਹੁੰਦੇ ਸੀ। ਅਤੇ ਕਹਿੰਦੇ ਬਿਲਡਿੰਗਾਂ ਸਾਡੀਆਂ ਸਾਰੀਆਂ ਹੋਈਆਂ ਰੰਗ ਰੋਗਣ ਇਹਨਾਂ ਦਾ, ਇਸੇ ਕਰਕੇ ਸਕੂਲ ਆਫ ਐਮੀਨੈਂਸ ਹੈ, ਉਹ ਵੀ ਪੁਰਾਣੀਆਂ ਬਿਲਡਿੰਗਾਂ ਵਾਲੇ ਮੁਹੱਲਾ ਕਲੀਨਿਕ। ਚਾਰ ਦੀਵਾਰੀ ਇੱਕ ਬਣੀ ਹੋਵੇ, ਜੇ ਉਹਦੇ 'ਚ ਮੂਰਤੀ ਰੱਖ ਲਾਂਗੇ ਤਾਂ ਮੰਦਰ ਬਣ ਜਾਂਦਾ। ਇਹਨਾਂ ਨੇ ਤਾਂ ਸਿਰਫ ਇਮਾਰਤਾਂ ਖੜੀਆਂ ਕੀਤੀਆਂ। ਵਿਧਾਨ ਸਭਾ ਸੈਸ਼ਨ ਦੇ ਵਿੱਚ ਬਹੁਤ ਸਾਰੇ ਮਸਲਿਆਂ ਦੇ ਉੱਤੇ ਚਰਚਾਵਾਂ ਹੁੰਦੀਆਂ ਨੇ, ਹਾਲਾਂਕਿ ਵਿਰੋਧੀ ਕਹਿ ਰਹੇ ਨੇ ਕਿ ਸਮਾਂ ਬਹੁਤ ਸੀਮਤ ਸੀ, ਗੱਲਾਂ ਹੋਰ ਕਰਨੀਆਂ ਬਾਕੀ ਸੀ, ਮੁੱਦੇ ਚੁੱਕਣੇ ਬਾਕੀ ਸੀ। ਆਮ ਆਦਮੀ ਪਾਰਟੀ ਦੇ ਵਿਧਾਇਕ ਇਸ ਬਾਰੇ ਕੀ ਸੋਚਦੇ ਨੇ? ਇਸ ਵਕਤ ਆਮ ਆਦਮੀ ਪਾਰਟੀ ਦੇ ਵਿਧਾਇਕ ਕੋਹਲੀ ਸਾਹਿਬ ਮੇਰੇ ਨਾਲ ਨੇ ਪਟਿਆਲਾ ਤੋਂ, ਉਹਨਾਂ ਅਸੀਂ ਗੱਲ ਕਰਦੇ ਹਾਂ। MLA ਸਾਹਿਬ, ਵਿਰੋਧੀ ਇੱਕ ਗੱਲ ਦਾ ਉਲਾਂਭਾ ਦੇ ਰਿਹਾ ਵਾਰ-ਵਾਰ, ਕਹਿੰਦੇ ਜਦੋਂ ਆਪੋਜੀਸ਼ਨ 'ਚ ਆਮ ਆਦਮੀ ਪਾਰਟੀ ਸੀ, ਬੜਾ ਰੌਲਾ ਪਾਉਂਦੀ ਸੀ, 50-50 ਦਿਨਾਂ ਦਾ ਸੈਸ਼ਨ ਰੱਖੋ ਜੀ, ਇੱਕ ਫਿਲਮ ਦੇ ਸ਼ੋਅ ਜਿੰਨਾ ਸੈਸ਼ਨ ਹੁੰਦਾ ਗੱਲ ਬਣਦੀ ਨਹੀਂ, ਹੁਣ ਕਹਿੰਦੇ ਉਸੇ ਗੱਲ 'ਤੇ ਆ ਗਏ। ਦੇਖੋ ਸੁਣੋ, ਉਹਨਾਂ ਦਾ ਨਾ ਕ੍ਰਿਟਿਸਿਜ਼ਮ ਫੋਰ ਦ ਸੇਕ ਆਫ ਕ੍ਰਿਟਿਸਿਜ਼ਮ ਇਜ਼ ਨੋਟ ਰਾਈਟ ਜੀ। ਤੁਹਾਨੂੰ ਪਤਾ ਹੈ ਕਿ ਪਿੱਛੇ ਕੀ ਇਸ਼ੂ ਚੱਲਿਆ ਸੀ ਗਵਰਨਰ ਸਾਹਿਬ ਦੇ ਨਾਲ, ਠੀਕ ਹੈ ਨਾ ਜੀ, ਇਹ ਸਾਰਿਆਂ ਸਾਹਿਬ ਵਾਲਾ ਜਿਹੜਾ ਇਸ਼ੂ ਸੀਗਾ, ਉਸ ਕਰਕੇ ਸਾਨੂੰ ਵਿੱਚ ਕਿੰਨੇ ਸਪੈਸ਼ਲ ਸੈਸ਼ਨ ਬੁਲਾਉਣੇ ਪਏ। ਪਿਛਲੀ ਵਾਰ CM ਸਾਹਿਬ ਨੇ ਕਿਹਾ ਕਿ ਅਸੀਂ ਜਿਹੜਾ ਹੈ ਹੁਣ ਇੱਕ ਵਾਰੀ ਸੁਪਰੀਮ ਕੋਰਟ ਤੋਂ ਜਿਹੜੀ ਹੈ ਉਹਦੀ ਪ੍ਰਮਾਣਤਾ ਲੈ ਕੇ ਅਸੀਂ ਜਿਹੜਾ ਹੈ ਸੈਸ਼ਨ ਬੁਲਾਵਾਂਗੇ। ਸੋ ਅਸੀਂ ਤਾਂ ਪਹਿਲਾਂ ਜੀ, ਦੇਖੋ ਜੀ, ਇਹ ਤੀਜਾ ਚੌਥਾ ਸੈਸ਼ਨ ਜਿਹੜਾ ਸਾਡਾ ਇਹ ਹੋ ਚੁੱਕਿਆ, ਅੱਗੋਂ ਵੀ ਹੁੰਦੇ ਰਹਿਣਗੇ। ਨਾਓ ਦੇ ਵਾਂਟ ਕਿ ਗਵਰਨਮੈਂਟ ਜਿਹੜੀ ਹੈ ਉਹ ਇਹਨਾਂ ਦੇ ਅਕੋਰਡਿੰਗਲੀ ਚੱਲੇ, ਉਹ ਨਹੀਂ ਨਾ ਹੁੰਦਾ ਹੁੰਦਾ ਜੀ। ਵੀ ਹੈਵ ਅਵਰ ਓਨ ਸੈਟ ਆਫ ਪ੍ਰਾਇਰਟੀਜ਼, ਇਹਨਾਂ ਨੇ ਆ ਕੇ ਕਾਂਵਾਂ ਰੌਲੀ ਇਹ ਪਾਉਣੀ ਹੈ ਜੀ, ਕਰਦੇ ਕੀ ਨੇ? ਟੈਲ ਮੀ ਵਨ ਕੰਸਟਰਕਟਿਵ ਥਿੰਗ ਦੇ ਹੈਵ ਕੰਟਰੀਬਿਊਟਡ ਟੂਵਰਡਸ ਦ ਬੈਟਰਮੈਂਟ ਆਫ ਪੰਜਾਬ, ਕੁਛ ਨਹੀਂ ਜੀ। ਇਸ਼ੂ ਤੇ ਲਾਅ ਐਂਡ ਆਰਡਰ ਤੇ ਅਸੀਂ ਬੋਲਣਾ ਚਾਹੁੰਦੇ ਹਾਂ, ਖੁੱਲ੍ਹਾ ਟਾਈਮ ਚਾਹੀਦਾ। ਹੋਰ ਮਚਾਏ ਸ਼ੋਰ ਜੀ, ਚੋਰ ਮਚਾਏ ਸ਼ੋਰ, ਚੋਰ ਇਹੀ ਨੇ ਜੀ। ਇਹਨਾਂ ਦੇ ਡਰੱਗਸ ਕਦੋਂ ਆਏ ਜੀ? ਕਿਹਨਾਂ ਦੇ ਹੱਥੋਂ ਵਿਕਿਆ ਡਰੱਗਸ? ਕਿਹਨਾਂ ਦੀਆਂ ਸਰਕਾਰਾਂ ਹੇਠ ਵਿਕਿਆ ਡਰੱਗਸ? ਆਮ ਆਦਮੀ ਪਾਰਟੀ ਦੇ ਹੱਥ ਹੈ ਅੱਜ ਇਹ ਸਾਂਭਣ। ਸਰ ਅਸੀਂ ਕਰ ਰਹੇ ਹਾਂ ਜੀ, ਇਹਨਾਂ ਦੇ ਅੰਕੜੇ ਜਿਹੜੇ ਬੋਲਦੇ ਨੇ ਜੀ, ਪਹਿਲਾਂ ਅਤੇ ਹੁਣ ਦੇ ਵਿੱਚ ਜੋ ਫਰਕ ਆ ਉਹ ਗਵਰਨਮੈਂਟ ਰੈਕਡ ਦੇ ਉੱਤੇ ਆ, ਮੈਟਰ ਆਫ ਰੈਕਡ ਆ, ਉਹ ਕਿਸੇ ਤੋਂ ਛੁਪਿਆ ਨਹੀਂ ਹੈ ਜੀ। ਅਤੇ ਸਾਨੂੰ ਟਾਈਮ ਤਾਂ ਦੇਣ। 70 ਸਾਲ ਦੀ ਬੇਈਮਾਨੀ ਇਹ ਚਾਹੁੰਦੇ ਨੇ, ਓਵਰ ਨਾਈਟ ਅਸੀਂ ਨਾ ਜਾਦੂ ਦੀ ਛੜੀ ਦੇ ਨਾਲ ਇੱਕਦਮ ਹੀ ਸੈੱਟ ਕਰ ਦਈਏ। ਸੋ ਦਿਸ ਇਜ਼ ਵੈਰੀ, ਯੂ ਨੋ, ਸਾਡੇ ਲੋਕਾਂ ਵਾਸਤੇ ਵੀ, ਫਸਟ ਟਾਈਮਰ MLAs ਵਾਸਤੇ, ਆ ਕੀ ਦੱਸ ਰਹੇ ਨੇ ਸਾਨੂੰ ਜੀ? ਅਸੀਂ ਤਾਂ ਇਹਨਾਂ ਵੱਲ ਦੇਖਦੇ ਹਾਂ ਵੀ ਸ਼ਾਇਦ ਇਹਨਾਂ ਤੋਂ ਵੀ ਕੁਛ ਸਿੱਖਾਂ ਦੀ ਆਸ ਰੱਖਦੇ ਸੀ ਵੀ ਇਹਨਾਂ ਤੋਂ ਸਿੱਖਿਆ ਜਾ ਸਕਦਾ। ਦੇਖੋ, ਜਿਹੜਾ ਵਿਧਾਨ ਸਭਾ ਦਾ ਡਿਸਿਪਲਿਨ ਆ, ਜਿਹੜੇ ਪ੍ਰੋਟੋਕਾਲਸ ਨੇ, ਜਿਹੜੀਆਂ ਇੱਥੇ ਐਟੀਕੇਟਸ, ਮੈਨਰਿਜ਼ਮਸ ਹੈਗੀਆਂ, ਉਹ ਤਾਂ ਇੱਥੋਂ ਹੀ ਸਿੱਖਣੀਆਂ ਨੇ, ਹਾਊਸ 'ਚ ਹੀ ਸਿੱਖਣੀਆਂ ਨੇ। ਬਟ ਹਾਂ, ਪਰਮਾਤਮਾ ਇਹਨਾਂ ਤੋਂ ਬਾਕੀ ਚੀਜ਼ਾਂ ਅਸੀਂ ਨਾ ਸਿੱਖੀਆਂ ਤਾਂ ਚੰਗਾ, ਜੋ ਇਹਨਾਂ ਨੇ ਪੰਜਾਬ ਦਾ ਇਹਨਾਂ ਨੇ ਇਰੋਡ ਕਰਕੇ ਰੱਖਤਾ, ਚਾਹੇ ਉਹ ਸੋਸ਼ਲ ਫੈਬਰਿਕ ਸੀ, ਚਾਹੇ ਫਾਈਨੈਂਸ਼ੀਅਲ ਫੈਬਰਿਕ ਸੀ, ਖਤਮ ਕਰਕੇ ਰੱਖਤਾ। ਅਤੇ ਅੱਜ ਇੰਨੇ ਕਾਲੇ ਪੈ ਗਏ ਦੋਸ਼ ਲੱਭਣ ਦੇ ਵਿੱਚ ਵੀ, ਸਾਲ ਡੇਢ ਸਾਲ ਦੇ ਵਿੱਚ ਇਹ ਚਾਹੁੰਦੇ ਨੇ ਕਿ ਜੋ 70 ਸਾਲ ਦਾ ਖਰਾਬ ਹੋਇਆ ਉਹ ਇਹ 1.5 ਸਾਲ 'ਚ ਸਰਕਾਰ ਠੀਕ ਕਰਦੇ ਸੀ। ਅਸੀਂ ਵੀ ਜਿਹੜਾ ਹੈ ਬਹੁਤ ਉਮੰਗ ਉਤਸ਼ਾਹ ਅਤੇ ਚਾਹ ਨਾਲ ਆਏ ਹਾਂ, ਗਿਵ ਅਸ ਸਮ ਟਾਈਮ।
ਨਾ ਲੈਟਸ ਬੀ ਰੀਜ਼ਨੇਬਲ, ਇੱਦਾਂ ਥੋੜ੍ਹੀ ਜਿਹੀ ਵੀ ਤੁਸੀਂ ਤਾਂ ਆਉਂਦੇ ਸਾਰ ਸਾਡੇ 'ਤੇ ਹੈ ਚੜ੍ਹ ਜਾਓ, ਜਿਵੇਂ ਸਾਰਾ ਜਿਹੜਾ ਹੈ ਨੁਕਸਾਨ ਹੀ ਸਾਡੇ ਇੱਥੋਂ ਹੈ। ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਪਿਛਲੇ ਦਿਨ ਬੋਲੇ, ਕਹਿੰਦੇ ਪਟਿਆਲੇ ਦੇ ਆਮ ਘਰਾਂ ਦੇ MLA ਨੇ ਜਿਹੜੇ 42-42 ਕਰੋੜ ਰੁਪਏ ਦੇ ਮਹਿਲ ਖਰੀਦ ਕੇ ਮਹਾਰਾਜਿਆਂ ਦੇ, ਪਟਿਆਲੇ ਦੇ MLA ਦਾ ਨਾਂ ਲਿਆ, ਉਹ ਤੁਹਾਡੇ ਵੱਲ ਤਾਂ ਨਹੀਂ ਇਸ਼ਾਰਾ ਕਰਦਾ? ਉਹ ਨਹੀਂ ਬਾਬਾ, ਨਹੀਂ ਇਹ ਮੈਂ ਨਹੀਂ ਹੈਗਾ ਜੀ, ਉਹਦੇ ਵਿੱਚ ਕੋਈ ਵੀ ਨਹੀਂ ਹੈਗਾ। ਜੇ ਇਹਨਾਂ ਕੋਲ ਹੈਗਾ ਕੋਈ ਪ੍ਰੂਫ ਹੈਗਾ ਤਾਂ ਦਿਖਾਉਣ। ਬਾਜਵਾ ਸਾਹਿਬ ਦੇ ਕੀ ਨੇ, ਤੁਸੀਂ ਬਾਜਵਾ ਸਾਹਿਬ ਦੀ ਗੱਲ ਨੋਟ ਕਰੀਏ, ਅਸੀਂ ਜੋ ਦੇਖਦੇ ਹਾਂ ਫਰੋਮ ਮਾਈ ਓਨ, ਯੂ ਨੋ ਇਟਸ ਮਾਈ ਓਨ ਓਪੀਨੀਅਨ, ਕਿ ਹੀ ਬ੍ਰਿੰਗਸ ਡਰਾਮਾ ਐਂਡ ਥੀਏਟ੍ਰਿਕਸ ਟੂ ਦਾ ਹਾਊਸ, ਆ ਕੇ ਗੱਲਾਂ ਕਰਨਗੇ ਐਡੀਆਂ, ਕੋਈ ਉਹਦੇ ਵਿੱਚ ਯੂ ਨੋ ਬਰੇਫਟ ਆਫ ਐਨੀ ਵਿਜ਼ਡਮ, ਬਰੇਫਟ ਆਫ ਐਨੀ ਰੀਜ਼ਨ, ਸਿਰਫ ਆ ਕੇ ਰੌਲਾ ਪਾਉਣਾ। ਕਦੇ ਉਹਨਾਂ ਨੇ ਆ ਕੇ ਦੇਖਿਆ ਮਹੱਲਾ ਕਲੀਨਿਕ ਦੀ ਗੱਲ ਕਰਦੇ ਸੀ, ਦੇਖੋ ਤਮਾਸ਼ਾ ਬਣਿਆ ਨਾ ਅੱਜ ਉਹਨਾਂ ਦਾ ਜੀ, ਉਹਨਾਂ ਦੇ ਆਪਦੇ ਹਲਕੇ 'ਚ 4 ਮਹੱਲਾ ਕਲੀਨਿਕ ਖੁੱਲ੍ਹੇ ਹੋਏ ਨੇ, ਉਹਨਾਂ ਨੂੰ ਆਪ ਨੂੰ ਹੀ ਨਹੀਂ ਪਤਾ, ਸਵਾਲ ਲਗਾਉਂਦੇ ਨੇ ਵੀ ਮੇਰੇ ਹਲਕੇ 'ਚ ਇੱਕ ਵੀ ਨਹੀਂ ਹੈਗਾ। ਸੋ ਇਹ ਤਾਂ ਇਹਨਾਂ ਦੀ ਜਿਹੜਾ ਹੈ ਸਤਰ ਹੈਗਾ ਜੀ ਸੋਚ ਦਾ। ਸੋ ਇਹਨਾਂ ਬਾਰੇ ਕੀ ਕਹਿਣਾ ਜੀ? ਸਵਾਲ ਕਿ ਇਹਨਾਂ 20 ਮਹੀਨਿਆਂ ਦੀ ਕਾਰਗੁਜ਼ਾਰੀ ਦੇ ਵਿੱਚ ਸਭ ਤੋਂ ਜਿਹੜਾ ਤੁਹਾਨੂੰ ਕਿਹਾ ਵੀ ਸਵਾਦ ਆ ਗਿਆ ਆਮ ਆਦਮੀ ਪਾਰਟੀ ਦੀ ਸਰਕਾਰ 'ਚੋਂ, ਕਿਹੜਾ ਕੰਮ ਲੱਗਦਾ? ਸਰ ਕਿਹੜਾ ਕੰਮ ਨਹੀਂ ਜੀ, ਕਿਹੜਾ ਕੰਮ ਨਹੀਂ, ਜੋ ਪੈਰਾਡਾਈਮ ਸ਼ਿਫਟ ਦੇਖ ਰਹੇ ਹੋ, ਜਾ ਕੇ ਸੜਕਾਂ 'ਤੇ ਖੜ੍ਹੇ ਲੋਕਾਂ ਨੂੰ ਪੁੱਛ ਲਓ ਨਾ ਜੀ। ਮਹੱਲਾ ਕਲੀਨਿਕ ਮੇਰੇ ਪਟਿਆਲੇ ਸ਼ਹਿਰ 'ਚ 14 ਖੁੱਲ੍ਹੇ ਨੇ ਜੀ, ਅੱਜ ਉੱਥੇ ਦੀ ਐਵਰੇਜ ਜਿਹੜੀ ਹੈ ਉਹ 80 ਪੇਸ਼ੈਂਟਸ ਦੀ ਪਰ ਡੇ ਦੀ ਹੈ ਜੀ, ਠੀਕ, ਜਿਨ੍ਹਾਂ ਨੂੰ ਫ੍ਰੀ ਦਵਾਈ, ਫ੍ਰੀ ਟੈਸਟ, ਫ੍ਰੀ ਜਿਹੜਾ ਹੈ ਕਾਉਂਸਲਿੰਗ ਮਿਲਦੀ ਹੋਵੇ, ਉਹ ਕਿਉਂ ਜਿਹੜਾ ਹੈ ਸਰਕਾਰ ਨੂੰ ਜਿਹੜਾ ਹੈ ਮਾੜਾ ਕਹੇਗਾ ਜੀ? ਜਿਹੜੇ ਸਕੂਲ ਆਫ ਐਮੀਨੈਂਸ ਖੁੱਲ੍ਹ ਰਹੇ ਨੇ ਜੀ, ਜਿਹੜੇ ਪ੍ਰਿੰਸੀਪਲਸ ਜਾ ਰਹੇ ਨੇ ਸਿੰਗਾਪੁਰ ਦੇ ਵਿੱਚ ਜੀ, ਜਿਹੜੇ ਹੋਸਪਿਟਲਸ ਨੂੰ ਅਪਗ੍ਰੇਡ ਕੀਤਾ, ਤੁਸੀਂ ਦੱਸੋ ਇਹ ਚੀਜ਼ਾਂ ਪਹਿਲਾਂ ਕਿੱਥੇ ਸੀ, ਕਦੇ ਦੇਖੀਆਂ ਸੁਣੀਆਂ ਜੀ? ਪਹਿਲਾਂ ਤਾਂ ਸਰਕਾਰੀ ਸਕੂਲਾਂ ਦੇ ਵਿੱਚ ਗਾਵਾਂ ਮੱਝਾਂ ਫਿਰਦੀਆਂ ਸੀ ਜੀ, ਕਲਾਸਰੂਮਾਂ ਦੇ ਵਿੱਚ, ਹਸਪਤਾਲਾਂ ਦੇ ਆਪਰੇਸ਼ਨ ਥੀਏਟਰਸ ਦੇ ਵਿੱਚ ਆਵਾਰਾ ਕੁੱਤੇ ਫਿਰਦੇ ਹੁੰਦੇ ਸੀ। ਸਰ ਲੱਗੇ ਹਾਂ, ਟਾਈਮ ਤਾਂ ਦੇਣ ਇਹਨਾਂ ਕੰਮਾਂ 'ਤੇ ਵੀ। ਇੱਕ ਗੱਲ ਕਹਿੰਦੇ ਆ, ਕਹਿੰਦੇ ਬਿਲਡਿੰਗਾਂ ਸਾਡੀਆਂ ਸਾਰੀਆਂ ਹੋਈਆਂ ਰੰਗ ਰੋਗਣ ਇਹਨਾਂ ਦਾ, ਇਸੇ ਕਰਕੇ ਸਕੂਲ ਆਫ ਐਮੀਨੈਂਸ ਹੈ, ਉਹ ਵੀ ਪੁਰਾਣੀਆਂ ਬਿਲਡਿੰਗਾਂ ਵਾਲੇ, ਮਹੱਲਾ ਕਲੀਨਿਕ ਵੀ 4 ਦੀਵਾਰੀ, 4 ਦੀਵਾਰੀ ਇੱਕ ਬਣੀ ਹੋਵੇ, ਜੇ ਉਹਦੇ 'ਚ ਮੂਰਤੀ ਰੱਖ ਲਾਂਗੇ ਤਾਂ ਮੰਦਰ ਬਣ ਜਾਂਦਾ, ਅਤੇ ਜੇ ਉਹਦੇ ਵਿੱਚ ਕਿਸੇ ਦੀ ਸਮਾਧ ਬਣਾ ਦਾਂਗੇ ਤਾਂ ਕਬਰਸਤਾਨ। ਇਹਨਾਂ ਨੇ ਤਾਂ ਸਿਰਫ ਇਮਾਰਤਾਂ ਖੜੀਆਂ ਕੀਤੀਆਂ ਜੀ। ਅੱਜ ਜੋ ਕੁਛ ਬਣਾ ਰਹੇ ਹਾਂ, ਜੋ ਪਾਰਟੀ ਜਿਹੜੀ ਆਈ ਹੈ, ਜੋ ਨਫੀਸ ਜਿਹੜੇ ਸਟੈਪਸ ਚੱਕੇ ਨੇ ਸਰਕਾਰ ਦੇ, ਭਗਵੰਤ ਸਿੰਘ ਮਾਨ ਨੇ ਜੋ ਕੀਤਾ, ਟਾਈਮ ਦਿਓ ਸਰ, ਇਹਨਾਂ ਇਹ ਨਿਸ਼ਬਦ ਹੋ ਜਾਣਗੇ, ਇਹਨਾਂ ਕੋਲ ਕੋਈ ਸਵਾਲ ਨਹੀਂ ਹੋਏਗਾ ਐਟ ਦੀ ਐਂਡ ਆਫ ਦਾ ਟਰਮ। ਬਸ ਅਸੀਂ ਵੀ ਆਰ ਸ਼ੋਰ ਨੀਅਤ ਅਤੇ ਨੀਤੀ ਦੇ ਨਾਲ ਚੱਲੇ ਹਾਂ ਔਰ ਮੁਕਾਮ ਹਾਸਲ ਕਰਾਂਗੇ ਜੀ। ਸ਼ੁਕਰੀਆ, ਥੈਂਕ ਯੂ ਜੀ। ਪਟਿਆਲੇ ਤੋਂ ਕੀਤੇ ਨੇ ਸਰਕਾਰ ਦੇ ਕੰਮਾਂ ਨੂੰ ਲੈ ਕੇ, ਵਿਰੋਧੀ ਕੀ ਬੋਲਦੇ ਆ ਇਸ ਦੇ ਉੱਤੇ ਵੀ ਉਹਨਾਂ ਨੇ ਪੂਰਾ ਜਵਾਬ ਦਿੱਤਾ। ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂਕਾ, ABC ਪੰਜਾਬ, ਚੰਡੀਗੜ੍ਹ।